उन्हें चढ़ना अपनी पौड़ी उतरना उन्हें लोगों के घर छड़ना अज वेखो जी आडे सामने ही है सब कुछ आप अंदर हाँ मेरा मुंडा विआह गया दा ही मोटरसाइकलों उत्ते मूह बन के आए मुंडे किसी गैंग ने नहीं भेजे बल्कि इस घर की नूह वलों भेजे गए ने। इस गल का खुलासा इस घर च रहने वाली औरत ने किया जिसने सारी कहानी बयान की। मैं राजरानी, ठीक है, मेरे हसबैंड का नाम सोमनाथ है, मेरे बेटे का नाम रोहित भगत है, एको ही मेरा बेटा है ते वो सारा हड्डी नूह है, ठीक है। वो लड़के गई दी है, झूठ ही कहती कि ये दाज मंगते गड्डी मंगते है। एक दिन उन्हें गड्डी भी किसी ने उदी तोड़ती, मेरे मुंडे का ना लाता, उन्हें कहा सबूत दवो, ये नहीं निकलिया होर निकलिया, पहले नंबर के दूजे नंबर से किसी नाल व्याही दी है, उत्थे भी वो बच्चे ने, वह भी साढ़े पले पाती है, हाड़ी एको ही बेटी है, एको ही मेरी पोतरी 2 साल की, ठीक है। मैनू उन्होंने की उन्होंने उतों का ना की उन्होंने घर का सारा दिन अभी तो कभी गए नहीं उन्होंने घर, जदों की वह 2.5 साल की होगी, जे 2.5 साल हो गया इतने आई नी। दरअसल यह घरेलू कलेश जंग के मैदान अजिहा तब्दील होया कि कुड़ी वालिया ने मुंडे वालिया नू सीधे करने वास्ते यह खौफनाक कदम चुकया जिस दी तस्वीर कैमरे विच कैद हो गई। उन्हें चढ़ना अपनी पौड़ी उतरना उन्हें लोगों के घर छड़ना। अज वेखो जी आडे सामने ही है सब कुछ आप अंदर हाँ मेरा मुंडा विआह गया दा ही, ठीक है। वो घर नहीं, वो एक घर नहीं ही है। कौन आए जिन्होंने हमला किया ताडे घर दे उत्ते, कौन आए ओरे मेरी गल सुनो, मैनू ये नहीं पता कौन, उन्हें फोटो भी वायरल मेरे मुंडे की कीती है, ठीक है। तो कोई रिश्तेदार कोई भैन भरा नहीं उन्हें छड़िया, जिन्हां नू उन्हें नहीं घर घर फोन किए, उन्हें फोन मांग की करदे पुलिस को ਇਹੋ ਕੀ ਫੋਟੋ ਵਾਇਰਲ ਕੀਤੀ ਦੀ ਹੈ, ਠੀਕ ਹੈ। ਫਿਰ ਉੱਥੇ ਕੇਸ ਤੁਹਾਡੇ ਮੁੰਡੇ ਦੀ ਜਾਨ ਨੂੰ ਖਤਰਾ ਜੀ? ਹਾਂ ਮੇਰੇ ਪੁੱਤਰ ਦੀ ਜਾਨ ਨੂੰ ਖਤਰਾ ਜੀ, ਉਹਨੇ ਫੋਟੋ ਵਾਇਰਲ ਕੀਤੀ ਜੇ, ਠੀਕ ਹੈ। ਅੱਜ ਵੇਖ ਲਓ ਬੂਹੇ ਬਾਰੀਆਂ ਭੰਨ ਗਏ ਜੀ ਆਣ ਕੇ, ਤੇ ਉਹਨੇ ਕਿਹਾ ਮੈਂ ਸਾਰਾ ਦਾ ਭਰਾ ਵਾਂ, ਮੇਰੀ ਭੈਣ ਨੂੰ ਤੰਗ ਕਰਦੇ ਹੋ। ਕਦੀ ਵਾਇਰਲ ਕੀਤੀ ਜੀ? ਵਾਇਰਲ ਕੀਤੀ ਕਿ ਇਹਨੂੰ ਫੜੋ ਤੇ ਇਹਨੂੰ ਕੁੱਟੋ। ਮੇਰਾ ਵੀਰ ਜੀ ਮਹੱਲੇ 'ਚ ਮੈਨੂੰ ਨਾਮ ਮੇਰਾ ਸ਼ੈਂਟੀ ਹੈ, ਉਵੇਂ ਮੇਰਾ ਨਾਂ ਰੋਹਿਤ ਭਗਤ ਹੈ, ਤੇ ਮੈਂ ਵਿਆਹ 'ਤੇ ਸੀ ਜੇ, ਅਤੇ ਮੰਮੀ ਡੈਡੀ ਘਰ ਸੀ ਜੇ, ਅਤੇ ਮੇਰੇ ਸਹੁਰੇ ਪਰਿਵਾਰ ਵੱਲੋਂ ਇਹ ਕੰਮ ਕਰਾਇਆ ਗਿਆ ਜੀ, ਅਤੇ ਵਾਈਫ ਮੇਰੀ ਨੇ ਫੋਟੋ ਮੇਰੀ ਸੈਂਡ ਕੀਤੀ ਦੀ ਸੀ, ਉਹਦੇ ਜਿਹੜੇ ਬ੍ਰਦਰ ਨੇ ਉਹ ਕੰਮ ਕਰਦੇ ਨੇ ਪੁੱਠੇ ਸਿੱਧੇ ਜੇ, ਹੈ ਜੇਲ੍ਹ 'ਚ ਨੇ, ਉਹਨਾਂ ਜੇਲ੍ਹਾਂ 'ਚੋਂ ਵੀ ਮੈਨੂੰ ਫੋਨ ਲਾ ਕੇ ਪਹਿਲਾਂ ਵੀ ਧਮਕੀਆਂ ਲਾਈਆਂ ਕਿ ਤੈਨੂੰ ਜਾਨੋਂ ਮਾਰ ਦੇਣਾ, ਠੀਕ ਹੈ, ਅਤੇ ਪਹਿਲਾਂ ਵੀ ਕੰਪਲੇਂਟ ਹੋਈ ਹੈ, ਅਤੇ ਉਹਨਾਂ ਦੇ ਗੈਂਗਸਟਰਾਂ ਨਾਲ ਲਿੰਕ ਵੀ ਹੈਗੇ ਜੀ, ਤੁਸੀਂ ਸਾਰਾ ਉਹਦਾ ਨਾਮ ਜੇ ਮਿਸ਼ਨ ਕੰਪਾਊਂਡ ਦੀ ਰਹਿਣ ਵਾਲੀ ਜੀ, ਜਿਵੇਂ ਕਿ ਮੈਨੂੰ ਪੀਰਾਂ ਭਰਾਵਾਂ ਨੇ ਆਂਢੀਆਂ ਗੁਆਂਢੀਆਂ ਦੱਸਿਆ ਵਾ ਕਿ ਉਹਦਾ ਇੱਕ ਭਰਾ ਹੈ ਬਿੱਲਾ ਸੈਮ, ਉਹ ਇੱਥੇ ਆਏ ਦੇ ਸੀ ਜੀ। ਭਰਾਵਾਂ ਦਾ ਕੀ ਨਾਂ ਹੈਗਾ? ਸੈਮ ਤੇ ਬਿੱਲਾ। ਸੈਮ ਤੇ ਬਿੱਲਾ ਹੁਣ ਕੀ ਮੰਗ ਕੀ ਕਰਦੇ? ਉਹਨਾਂ ਨੇ ਫੈਰ ਵਗੈਰਾ ਵੀ ਕੱਢੇ? ਉਹਨਾਂ ਫੈਰ ਕੱਢੇ ਆ ਜੀ, ਇਹ ਖਤਰਾ ਹੀ ਹੈ ਤੁਹਾਡੇ ਸਾਹਮਣੇ, ਤੇ ਹੁਣ ਮੰਗ ਕੀ ਕਰਦੇ? ਪੁੱਛ ਮੰਗ ਇਹ ਕਿ ਬੰਦੀ ਕਾਰਵਾਈ ਕੀਤੀ ਜਾਏ ਜੀ, ਉਹਨਾਂ ਨੂੰ ਸਰੇਆਮ ਫੈਰ ਕੱਢੇ, ਸਰੇਆਮ ਹੀ ਮਾਰਨ ਦੇ ਜੀ। ਭਗਵੰਤ ਮਾਨ ਜੀ ਕਹਿੰਦੇ ਆ ਕਿ ਲਾਅ ਐਂਡ ਆਰਡਰ ਦਾ ਆਪਾਂ ਪੂਰਾ ਪਾਲਣਾ ਕਰਦੇ, ਪਰ ਮੈਂ ਵੇਖ ਰਿਹਾ ਜਿਉਂਦੀ ਸਰਕਾਰ ਬਣੀ ਹੈ ਉਹਦਾ ਕੋਈ ਲਾਅ ਐਂਡ ਆਰਡਰ ਦਾ ਕੋਈ ਨਹੀਂ, ਇੱਥੇ ਸ਼ਰੇਆਮ ਵੇਖੋ ਇੱਥੇ ਗੋਲੀਆਂ ਚੱਲੀਆਂ ਨੇ, ਫੈਮਲੀ ਦਾ ਡਿਸਪਿਊਟ ਸੀ ਜਿਹੜਾ ਹੱਲ ਵੀ ਹੋ ਸਕਦਾ ਸੀ, ਪਰ ਫੈਮਲੀ ਦਾ ਡਿਸਪਿਊਟ ਨੂੰ ਪਿੱਛੇ ਰੱਖਦਿਆਂ ਹੋਇਆਂ ਮੁੰਡਿਆਂ ਨੇ ਆ ਕੇ ਇੱਥੇ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਗੱਡੀਆਂ ਤੋੜੀਆਂ, ਘਰ ਦੇ ਬੂਹੇ ਬਾਰੀਆਂ ਤੋੜੀਆਂ, ਫਾਇਰ ਕੀਤੇ ਆ, ਅਤੇ ਮੈਂ ਚਾਹੁੰਦਾ ਕਿ ਇਹ ਲੋਕਾਂ ਨੂੰ ਨੱਥ ਪੈਣੀ ਚਾਹੀਦੀ ਹੈ, ਜਿਹੜੇ ਗੈਂਗਸਟਰ ਬਣੇ ਫਿਰਦੇ ਨੇ ਘਰ ਘਰ ਲੋਕਾਂ ਨੂੰ ਪਹਿਲਾਂ ਇਹਨਾਂ ਨੇ ਪਿਸਤੌਲਾਂ ਦਿੱਤੀਆਂ, ਅਤੇ ਉਹ ਹੀ ਮੁੰਡੇ ਆ ਕੇ ਨਸ਼ੇ ਦੇ ਹਾਲਾਤਾਂ ਵਿੱਚ ਆ ਕੇ ਅਤੇ ਹੁਣ ਇੱਥੇ ਆ ਵੇਖੋ ਗੈਂਗਵਾਰ ਹੋ ਰਹੀ ਹੈ, ਅਤੇ ਇਸ ਠੱਲ ਪਾਉਣੀ ਚਾਹੀਦੀ, ਸਰਕਾਰ ਨੂੰ ਠੱਲ ਪਾਉਣੀ ਚਾਹੀਦੀ, ਪੁਲਿਸ ਨੂੰ ਠੱਲ ਪਾਉਣੀ ਚਾਹੀਦੀ ਹੈ, ਅਤੇ ਮੈਂ ਪੁਲਿਸ ਪ੍ਰਸ਼ਾਸਨ ਕੋਲ ਇਹ ਮੰਗ ਜਾਂਦਾ ਕਿ ਸਾਡੇ ਇੱਥੇ ਜਾਨੀ ਮਾਲੀ ਜਿਹੜੀ ਪੂਰੀ ਰੱਖਿਆ ਕੀਤੀ ਜਾਵੇ, ਸਾਨੂੰ ਇਨਸਾਫ ਦਵਾਇਆ ਜਾਵੇ, ਜੇ ਅੱਜ ਇੱਥੇ ਕੋਈ ਨਾ ਕੋਈ ਬੱਚਾ ਮਰ ਜਾਂਦਾ, ਕੋਈ ਜਵਾਨ ਮਰ ਜਾਂਦਾ, ਤਾਂ ਕੌਣ ਜ਼ਿੰਮੇਵਾਰ ਹੋਣਾ ਸੀ? ਨੁਕਸਾਨ ਤੁਸੀਂ ਵੇਖ ਰਹੇ ਹੋ ਜੀ, 3-4 ਗੱਡੀਆਂ ਬਿਲਕੁਲ ਡੈਮੇਜ ਕਰ ਦਿੱਤੀਆਂ ਨੇ, ਮਾਰ ਮਾਰ ਕੇ ਇੱਟਾਂ ਉਹਨਾਂ ਦੇ ਜਾਲੀ ਵਾਲਾ ਬੂਹਾ ਤੋੜ ਦਿੱਤਾ, ਸਕੂਟਰ ਇੱਕ ਤੋੜ ਦਿੱਤਾ, ਅਤੇ ਆਹ ਬਿਲਕੁਲ ਚੌਂਕੀ ਕਿੰਨੇ ਸਾਰੀ 50 ਕਦਮਾਂ 'ਤੇ ਚੌਂਕੀ ਆ, ਪਰ ਇੱਥੇ ਕੋਈ ਵੀ ਉਹਨਾਂ ਨੂੰ ਕੋਈ ਡਰ ਖੌਫ ਨਹੀਂ ਹੈਗਾ ਕਿਸੇ ਵੀ ਕਿਸੇ ਵੀ ਕਿਸਮ ਦਾ, ਸੋ ਸਾਡੀ ਇਹੀ ਮੰਗ ਆ ਕਿ ਇਹ ਜਲਦੀ ਤੋਂ ਜਲਦੀ ਇਹਨਾਂ ਨੂੰ ਨੱਥ। ਮੌਕੇ 'ਤੇ ਜੇ ਪਹੁੰਚੇ ਹਾਂ
इन्हों का फैमिली डिस्प्यूट आ, इन्हों के कहने मुताबिक भी इन्होंने नौ दे भरा आए थे कि वह दातर मार के दरवाजा वढ़ गए तो गड्डिया भन गए, बाकी इनकुआरी कर रहे हैं। सर किन्ने पैर कटे गए, किन्ने खोल लगे थे? जिंदा तीन कारतूस ने, एक खाली। कोई सीसीटीवी आई सामने? सीसीटीवी वेख रहे हैं, फुटेज ला रहे हैं। दर्शन मुताबिक इन्हें सहुरिआं तों हिमान सिंह गेट दे, इह फैमिली डिस्प्यूट आ। इन्हां दा की नाम सर? किन्हां दा? जिन्हां ने कंप्लेंट कीती? रोहित कुमार भगत। की कार्रवाई की जा रही? बस कार्रवाई अमल च लिया रहे हैं, हत्या दर्ज हो रहा।